ਜਗਾੜ ਵਾਲਿਆਂ ਦੀ ਕੀ ਬੀਤੀ ਆ ਵੀ ਸਾਡੇ ਮੁੰਡੇ ਨੇ ਐਡਾ ਤਕੜਾ ਪਲੇਅਰ ਆ ਤੇ ਪਲੇਅਰ ਕੋਈ ਆਇਆ ਨਹੀਂ ਉਹਦੀ ਮਾਤਾ ਰੋਂਦੀ ਝੱਲ ਨਹੀਂ ਹੁੰਦੀ ਕਿਉਂਕਿ ਜਦੋਂ ਬਿੱਟੂ ਹੁੰਦਾ ਸੀ ਨਾ ਹੇੜ ਹੇੜ ਤੁਰੀ ਰਹਿੰਦੀ ਉੱਥੇ ਤਕੜੇ ਤੋਂ ਤਕੜਾ ਪਲੇਅਰ ਉੱਥੇ ਜਾਂਦਾ ਰਿਹਾ ਉੱਥੇ ਸਾਰਿਆਂ ਨੇ ਰੋਟੀਆਂ ਖਾਧੀਆਂ ਹੋਈਆਂ ਜੇ ਬਿੱਟੂ ਜਿਉਂਦਾ ਹੁੰਦਾ ਸ਼ਾਇਦ ਉਹ ਏਦਾਂ ਮੁੱਖ ਮੋੜ ਕੇ ਨਾ ਜਾਂਦੇ ਵਕਤ ਵਕਤ ਦੀ ਲੈ ਵੀ ਗੁਲਜ਼ਾਰੀ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਬਿੱਟੂ ਆਪਣੇ ਦਮ ਤੇ ਦੁਨੀਆਂ ਦੇ ਸਟਾਰ ਇਸ ਗਰਾਊਂਡ ਦੇ ਵਿੱਚ ਲਿਆਉਂਦਾ ਰਿਹਾ ਰਾਤ 12 ਵਜੇ ਤੱਕ ਦੁਨੀਆਂ ਦੀਆਂ ਚੋਟੀ ਦੀਆਂ ਟੀਮਾਂ ਇਹ ਗੱਲ ਕਹਿੰਦੀਆਂ ਰਹੀਆਂ ਵੀ ਬਿੱਟੂ ਦੀ ਯਾਦ ਦੇ ਵਿੱਚ ਟੂਰਨਾਮੈਂਟ ਹੈ ਕਲੱਬ ਵਾਲੇ ਨੇ ਕਿਹਾ ਵੀ ਜਿੰਨੇ ਪੈਸੇ ਚਾਹੀਦੇ ਉਹਨੇ ਪੈਸੇ ਲੈ ਲਿਓ ਪਰ ਬਿੱਟੂ ਦੀ ਯਾਦ ਦੇ ਵਿੱਚ ਟੂਰਨਾਮੈਂਟ ਆ ਤੁਸੀਂ ਜ਼ਰੂਰ ਆਇਓ ਇੱਕ ਪਾਸੇ ਤੇ ਕਹਿੰਦੇ ਰਹੇ ਵੀ ਅਸੀਂ ਲੈਂਦੇ ਵੀ ਪੰਜੀ ਨਹੀਂ ਅੱਜ ਪਤੰਦਰ ਜਵਾਨ ਤੇ ਵੀ ਨਹੀਂ ਖੜੇ ਅੱਜ ਕੱਲ੍ਹ ਦੀ ਕਬੱਡੀ ਦਾ ਆਹ ਹਾਲ ਹੈ ਆਹ ਗੁਲਜ਼ਾਰੀ ਮੂਨਕੁਰੀ ਖੜੇ ਹੈ ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਿੰਦੇ ਕਦੇ ਬਿੱਟੂ ਦਗਾਲ ਨੇ ਕਦੇ ਗੁਲਜ਼ਾਰੀ ਮੂਨਕ ਨੇ ਕਦੇ ਦੇਦਣਾ ਦੇ ਜੋਗੀ ਨੇ ਪੈਸੇ ਪਿੱਛੇ ਕਬੱਡੀ ਖੇਡੀ ਹੋਵੇ।